ਇਹ ਕੀ ਭਾਣਾ ਵਾਪਰਿਆ ਜਿਹੜਾ ਤੁਸੀਂ ਇੱਧਰ ਆ ਗਏ? ਕਿਉਂਕਿ ਬੜੀ ਵਧੀਆ ਗੱਲ ਹੈ ਇਹ ਬਜ਼ੁਰਗਾਂ ਦਾ ਇੱਧਰ ਆਉਣਾ, ਕਿਉਂਕਿ ਨਵੇਂ ਮੁੰਡੇ ਤਾਂ ਆਪਾਂ ਮੰਨੀਏ ਹੈ ਨਾ, ਤੁਸੀਂ ਉਹ ਸਮਾਂ ਵੀ ਦੇਖਿਆ ਜਦੋਂ ਤੁਸੀਂ ਜਵਾਨੀ 'ਚ ਹੋਵੋਗੇ, ਜਦੋਂ ਵਾਧੂ ਰੇਹਾਂ ਸਪਰੇਹਾਂ ਸ਼ੁਰੂ ਹੋਈਆਂ ਹੈ ਨਾ, ਲੋਕ ਪਾਉਣ ਲੱਗ ਗਏ, ਅਤੇ ਇੱਦਾਂ ਲੱਗਦਾ ਵੀ ਯੂਰੀਆ ਡੀ ਏ ਪੀ ਤੋਂ ਬਿਨਾਂ ਤਾਂ ਤੁਸੀਂ ਖੇਤੀ ਕਰ ਨਹੀਂ ਸਕਦੇ। ਤੁਸੀਂ ਆਪਦੀ ਕਹਾਣੀ ਦੱਸੋ ਕਿੱਦਾਂ ਸ਼ੁਰੂਆਤ ਹੋਈ? ਸ਼ੁਰੂਆਤ ਤਾਂ ਇਹੋ ਜੀ, ਅਸਲ ਦੇ ਵਿੱਚ ਜਿਹੜਾ ਆਪਣਾ ਮੇਰੇ ਜੀਵਨ ਦੀ ਸਟਾਰਟਿੰਗ ਸਮਝ ਲਓ, ਜਦ ਤੋਂ ਸੋਝੀ ਸੰਭਲੀ 6-7 ਸਾਲਾਂ ਦੀ, ਉਦੋਂ ਸਾਡੇ ਘਰ ਦੇ ਵਿੱਚ ਸਾਰੇ ਏਰੀਏ ਦੇ ਵਿੱਚ ਹੀ ਕੁਦਰਤੀ ਖੇਤੀ ਹੁੰਦੀ ਸੀ ਸਾਰੀ। ਪਹਿਲਾਂ ਉਸ ਵੇਲੇ ਤਾਂ ਯੂਰੀਆ ਨਾਂ ਦੀ ਕੋਈ ਚੀਜ਼ ਨੂੰ ਕੋਈ ਜਾਣਦਾ ਨਹੀਂ ਸੀ, ਖਾਦ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ, ਅਤੇ ਉਸ ਵੇਲੇ ਕੁਦਰਤੀ ਖੇਤੀ ਹੁੰਦੀ ਸੀ। ਉਹਦਾ ਮੈਨੂੰ ਪੂਰਾ ਤਜਰਬਾ ਠੀਕ ਹੈ ਉਸ ਸਮੇਂ ਤੋਂ ਹੀ ਹੋ ਗਿਆ ਸੀ, ਬਚਪਨ ਤੋਂ ਹੀ ਠੀਕ ਹੈ, ਕਿਉਂਕਿ ਹੋਰ ਤਾਂ ਕੁਛ ਪੈਂਦਾ ਹੀ ਨਹੀਂ ਸੀ। ਅਤੇ ਉਸ ਤੋਂ ਬਾਅਦ ਇਹ ਕੋਈ 60-62 ਦੇ ਵਿੱਚ ਥੋੜ੍ਹੀ ਜਿਹੀ ਸ਼ੁਰੂਆਤ ਕਰੀ ਸਰਕਾਰ ਵੱਲੋਂ ਵੀ ਆਹ ਕਿਸਾਨ ਖਾਦ ਚੱਲੀ ਵੀ, ਉਹ ਪ੍ਰਚਾਰ ਦਾ ਮੀਡੀਆ ਤਾਂ ਕੋਈ ਹੁੰਦਾ ਨਹੀਂ ਸੀ, ਗ੍ਰਾਮ ਸੇਵਕ ਆਉਂਦੇ ਸੀ ਸਾਈਕਲਾਂ 'ਤੇ ਪਿੰਡਾਂ ਵਿੱਚ ਪ੍ਰਚਾਰ ਕਰਦੇ, ਲੋਕਾਂ ਨੂੰ ਜਾਣਕਾਰੀ ਦਿੰਦੇ ਵੀ ਆਹ ਕਰੋ ਜੀ ਤੁਸੀਂ ਆਹ ਕਰੋ। ਉਹਦੇ ਵਿੱਚ ਉਹਨਾਂ ਨੇ ਫਿਰ ਥੋੜ੍ਹਾ ਜਿਹਾ ਖਾਦ ਬਾਰੇ ਦੱਸਣਾ ਵੀ ਫਸਲ ਹੁੰਦੀ ਹੈ, ਲੋਕਾਂ ਨੇ ਪਾ ਕੇ ਥੋੜ੍ਹਾ ਜਿਹਾ ਦੇਖਿਆ, ਜਿੱਤੇ ਹੁਣ ਆਪਾਂ 50 ਕਿਲੋ ਦਾ ਇੱਕ ਬੈਗ ਪਾ ਦਿੰਦੇ ਹਾਂ, ਲੋਕ ਮੇਰੇ ਯਾਦ ਆ 5 ਕਿਲੋ ਤੋਂ ਸ਼ੁਰੂ ਹੋਏ ਸੀ ਉਦੋਂ। ਅੱਛਾ, 1 ਏਕੜ 'ਚ 5 ਕਿਲੋ, ਪਰ ਉਹਦਾ ਰਿਜ਼ਲਟ ਜਿੰਨੀ ਕੁ ਉਹਦੀ ਤਾਕਤ ਸੀ ਰਿਜ਼ਲਟ ਤਾਂ ਦੇ ਰਿਹਾ ਸੀ, ਉਹ ਫਸਲਾਂ 'ਚ ਫਰਕ ਪਿਆ, ਲੋਕਾਂ ਨੇ ਹੌਲੀ ਹੌਲੀ ਡੋਜ ਵਧਾ ਤੀ, ਉਹ ਲੱਗਦੇ ਲੱਗਦੇ ਹੁਣ ਚਸਕਾ ਪੈ ਗਿਆ। ਫਿਰ ਤਾਂ ਹੁਣ ਤਾਂ ਕੈਮੀਕਲ ਖੇਤੀ ਦਾ ਪੂਰਾ ਕਹਿਰ ਟੁੱਟਿਆ ਹੋਇਆ ਆਪਣੇ, ਮਤਲਬ ਜਿੰਨੀ ਜ਼ਰੂਰਤ ਆ ਉਦੋਂ ਦੁੱਗਣੇ ਤੋਂ ਵੀ ਚੌਗਣਾ ਅਸੀਂ ਪਾਉਣੇ ਆ ਬਹੁਤ ਜ਼ਿਆਦਾ। ਹਾਂਜੀ, ਸਾਰੀ ਉਹ ਕੁਆਂਟਿਟੀ ਜਿੰਨੀ ਹੈ, ਜਿੰਨੀ ਰਿਕਮੈਂਡ ਕਰਦੀ ਹੈ ਯੂਨੀਵਰਸਿਟੀ ਮਾਹਰ ਕਰਦੇ ਹੈ, ਉਹਨਾਂ ਤੋਂ ਕਿਸਾਨ ਤਾਂ ਬਹੁਤ ਐਡਵਾਂਸ ਚਲੇ ਗਿਆ ਅੱਗੇ। ਜੇ ਉਹ 2 ਥੈਲੇ ਕਹਿੰਦੇ ਲੋਕ 4 ਪਾਉਂਦੇ ਆ, 6 ਪਾਉਂਦੇ ਆ, ਇੱਦਾਂ ਦਾ ਹਿਸਾਬ ਹੋ ਗਿਆ, ਜ਼ਮੀਨ ਦਾ ਮਤਲਬ ਹੁਣ ਲੱਗੀ ਗਈ ਇਹ। ਤੁਸੀਂ ਫਿਰ ਕਿਵੇਂ ਆਏ ਇੱਧਰ ਨੂੰ? ਮੈਂ ਲੁਧਿਆਣਾ ਯੂਨੀਵਰਸਿਟੀ ਗਿਆ ਸੀ ਫੈਸਟੀਵਲ 'ਤੇ ਜੀ, ਉੱਥੇ ਲੱਗਿਆ ਸੀ ਐਗਜੀਬਿਸ਼ਨ ਕੁਦਰਤੀ ਖੇਤੀ ਦਾ। ਅੱਛਾ, ਮੇਰੇ ਮਨ ਨੂੰ ਬੜਾ ਖਿੱਚ ਜੀ ਪਈ, ਮੈਂ ਕਿਹਾ ਵੀ ਆਹ ਕੁਦਰਤੀ ਖੇਤੀ ਦਾ ਕੀ ਹਿਸਾਬ ਕਿਤਾਬ ਹੈ। ਅੱਛਾ, ਜਾ ਕੇ ਪੁੱਛਿਆ ਉਹਨੂੰ, ਉਹ ਕਹਿੰਦਾ ਜੀ ਉਹੀ ਪੁਰਾਤਨ ਖੇਤੀ। ਹਾਂ ਵੀ ਇਹ ਕੋਈ ਨਵੀਂ ਥੋੜ੍ਹੀ, ਆਪਾਂ ਤਾਂ ਕਰਦੇ ਸੀ, ਕਹਿੰਦੇ ਪੁਰਾਤਨ ਖੇਤੀ ਆਪਣੀ ਉਹ। ਮੈਂ ਕਿਹਾ ਤੁਸੀਂ ਇਹਦੇ ਵਿੱਚ ਕਿਵੇਂ ਆ ਗਏ? ਕਹਿੰਦੇ ਵੀ ਅਸੀਂ ਸ਼ੁਰੂਆਤ ਕਰੀ ਹੈ, ਵੀ ਇਹ ਤਾਂ ਸਾਡਾ ਹਿਸਾਬ ਤਾਂ ਖਰਾਬ ਹੋ ਰਿਹਾ, ਅਸੀਂ ਤਾਂ ਬਹੁਤ ਗਲਤ ਪਾਸੇ ਨੂੰ ਤੁਰੇ ਹੋਏ ਹਾਂ, ਕੈਮੀਕਲ ਪਾਉਣ ਲੱਗੇ, ਸਪਰੇਆਂ ਕਰਨ ਲੱਗੇ, ਬਿਮਾਰੀਆਂ ਆ ਗਈਆਂ। ਚਲੋ ਬਚਪਨ ਦਾ ਐਕਸਪੀਰੀਅੰਸ ਤਾਂ ਥਾ ਹੀ ਮੇਰਾ, ਸਹੀ ਹੈ, ਮੇਰਾ ਇੰਟਰਸਟ ਜਿਹਾ ਬਣ ਗਿਆ। ਅੱਛਾ ਵੀ ਕੁਛ ਹੈ? ਹਾਂ, ਮੈਂ ਕਿਹਾ ਵੀ ਹੈ ਇਹਨਾਂ ਨਾਲ, ਮੈਂ ਕਿਹਾ ਜੁੜੋ। ਫਿਰ ਪੁੱਛਿਆ, ਉਹ ਕਹਿੰਦੇ ਸਾਡਾ ਅਸੀਂ ਜੈਤੋਂ, ਸਾਡਾ ਹੈੱਡ ਆਫਿਸ ਹੈ ਇੱਧਰ, ਅਸੀਂ ਹੈਗੇ ਸਾਡੇ ਜ਼ਿਮੀਦਾਰ ਇੱਧਰ ਨੂੰ ਹੈਗੇ ਸਾਡੇ ਨਾਲ ਜੁੜੇ ਹੋਏ। ਮੈਂ ਕਿਹਾ, ਮੇਰਾ ਉਹਨਾਂ ਨੇ ਐਡਰੈਸ ਨੋਟ ਕਰਿਆ, ਮੈਂ ਉਹਨਾਂ ਨੂੰ ਪੁੱਛਿਆ ਮੈਂ ਲਿਟਰੇਚਰ ਦਓ, ਉਹ ਕਹਿੰਦੇ ਹੁਣ ਸਾਡੇ ਕੋਲ ਮੌਜੂਦਾ ਸਮੇਂ 'ਚ ਹੈ ਨਹੀਂ, ਵੀ ਹੈ ਜ਼ਰੂਰ ਤੁਹਾਨੂੰ ਭੇਜ ਦਾਂਗੇ। ਅੱਛਾ, ਸਾਲ ਡੇਢ ਸਾਲ ਲੰਘ ਗਿਆ, ਇੱਕ ਵੀ 2008-9 ਦੀ ਇਹਦੀ ਗੱਲ ਹੈ ਜੀ ਮੇਰੇ ਲਗਭਗ। ਅੱਛਾ ਅੱਛਾ, ਫਿਰ ਜਦੋਂ 10 ਵਿੱਚ ਮੇਰੇ ਕੋਲ ਆਇਆ ਲਿਟਰੇਚਰ ਪਿੰਗਲਵਾੜੇ ਵੱਲੋਂ। ਅੱਛਾ, ਉੱਥੇ ਵੀ ਕੁਦਰਤੀ ਖੇਤੀ ਕਰਦੇ? ਉਹ ਸਾਰੇ ਟੋਟਲੀ ਖੇਤੀ ਕਰਦੇ ਕੁਦਰਤੀ ਪਿੰਗਲਵਾੜੇ। ਉਸ ਤੋਂ ਬਾਅਦ ਫਿਰ ਮੇਰੇ ਮਨ 'ਤੇ ਤਾਂ ਜਾ ਮੈਂ ਪੜ੍ਹਿਆ, ਮੇਰਾ ਤਾਂ ਦਿਮਾਗ ਵਾਸ਼ ਕਰਤਾ ਉਹਨੇ। ਅੱਛਾ, ਮੈਂ ਕਿਹਾ ਵੀ ਆਹ ਤਾਂ ਬੜੀ ਜ਼ਬਰਦਸਤ ਧਮਾਕਾ, ਵੀ ਇਹ ਤਾਂ ਅਸੀਂ ਬਿਲਕੁਲ ਹੀ ਗਲਤ ਸਟੈਪ ਆ ਸਾਡਾ। ਫਿਰ ਮਨ ਦੇ ਅੰਦਰ ਧਾਰ ਲਿਆ ਵੀ ਮੈਂ ਕਿਹਾ ਵੀ ਖੇਤੀ ਕਰਨੀ ਹੈ ਕੁਦਰਤੀ। ਉਹ ਜਦੋਂ ਉਹ ਖੇਤੀ ਸ਼ੁਰੂ ਕਰੀ, ਫਿਰ ਫੈਮਿਲੀ ਵਾਲੇ ਸਾਰਾ
ਮੈਂਬਰ ਮੇਰੀ ਵਿਰੋਧਤਾ ਕਰਨ, ਕਹਿੰਦੇ ਵੀ ਫਿਰ ਤੁਸੀਂ ਸਾਨੂੰ ਭੁੱਖੇ ਮਾਰਨਾ, ਨਵੀਂ ਪੈਡ ਪਾਉਣ ਲੱਗੇ ਸੀ ਨਾ ਫਿਰ ਉਹ ਛੇਤੀ ਛੇਤੀ ਹਾਜ਼ਮ ਨਹੀਂ ਹੁੰਦਾ ਛੇਤੀ ਛੇਤੀ, ਕਹਿੰਦੇ ਸੀ ਸਾਨੂੰ ਭੁੱਖੇ ਮਾਰਨਾ। ਮੈਂ ਭੁੱਖੇ ਮਹਾਰਾਜ ਨੇ ਤਾਂ ਕਿਸੇ ਨੂੰ ਮਾਰਿਆ ਨਹੀਂ ਹੋਇਆ, ਮੈਂ ਕਿੱਦਾਂ ਮਾਰ ਦੂੰਗਾ। ਸਹੀ ਗੱਲ ਹੈ, ਨਹੀਂ ਤੁਸੀਂ ਭਰੋਸਾ ਰੱਖੋ। ਚਲੋ ਉਦੋਂ ਸਾਹਿਬ ਜਦੋਂ ਖੇਤੀ ਬਾਬੇ ਨਾਨਕ ਦੀ ਕਰਨੀ ਹੈ, ਬਾਬੇ ਨਾਨਕ ਦੀ ਖੇਤੀ ਕਰਨੀ, ਬਾਬੇ ਨਾਨਕ ਵਾਲੇ ਅਸੀਂ ਹੈਗੇ ਹੀ ਆਪਾਂ, ਬਾਬੇ ਨਾਨਕ ਦੇ ਸਹੀ ਹੈ, ਸਹੀ ਹੈ ਨਾ, ਆਪਣਾ ਵਿਰਸਾ ਪਛਾਣੀਏ। ਉਸ ਤੋਂ ਬਾਅਦ ਸ਼ੁਰੂ ਹੋ ਗਿਆ ਜੀ, ਫਿਰ ਪਹਿਲੇ ਸਾਲ ਦਾ ਰਿਜ਼ਲਟ ਥੋੜ੍ਹਾ ਜਿਹਾ ਮਿਲਿਆ ਨਹੀਂ, ਅਤੇ ਦੂਜੇ ਸਾਲ ਥੋੜ੍ਹਾ ਜਿਹਾ ਮਿਲਿਆ, ਹਲਕਾ ਜਿਹਾ ਮਿਲਿਆ, ਪਰ ਰੇਟ ਮਿਲ ਗਿਆ ਆਪਣਾ, ਜਿੰਨਾ ਕੁ ਕੈਮੀਕਲ ਦੇ ਨਾਲ ਅਸੀਂ ਕਮਾਉਂਦੇ ਸੀ ਉਨਾ ਕੁ ਹੋ ਗਿਆ। ਮੈਂ ਕਿਹਾ ਭਾਈ ਜੇ ਘੱਟ ਨਿਕਲਦੀ ਤਾਂ ਰੇਟ ਵੱਧ ਗਿਆ, ਫਰਕ ਤਾਂ ਕੋਈ ਨਹੀਂ ਪਿਆ। ਅਤੇ ਤੀਜੇ ਸਾਲ ਫਿਰ ਹੋਰ ਹੌਸਲਾ ਵੱਧ ਗਿਆ, ਕੁਛ ਤਕਨੀਕਾਂ ਵੀ ਨਵੀਆਂ ਆ ਗਈਆਂ ਇਹਦੇ ਵਿੱਚ, ਉਹ ਵੀ ਸਮਝ ਲਈਆਂ। ਤਿੰਨ ਸਾਲ ਤੋਂ ਬਾਅਦ ਤਾਂ ਫਿਰ ਮੇਰਾ ਬਹੁਤ ਵਧੀਆ ਹੋ ਗਿਆ।